इस वीडियो को लाइक करें, हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए। रब नू मनन वाले दी लोड पई ते दिसे नहीं, जिन्ना मैनू वंडिया ही ओने मेरे हिस्से नहीं। ਇਹਨਾਂ ਭੈੜੀਆਂ ਅੱਖਾਂ 'ਤੇ ਚੰਗੇ ਸੁਖਣ ਵਿਸੇ ਨਹੀਂ। ਤੇਰੀ ਗੱਲ ਸਹੀ ਏ, ਸਾਡੇ ਵੀ ਕੋਈ ਕਿੱਸੇ ਨਹੀਂ। ਅਸਲਾਮ ਅਲੈਕੁਮ, ਆ ਗਿਆ ਤੁਹਾਡਾ ਯਾਰ ਮਲਿਕ। ਦੋਸਤੋ, ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ? ਅੱਲਾ ਤੁਹਾਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਵੱਡਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਜੀ। ਅਤੇ ਅੱਜ ਮੈਂ ਲੈ ਕੇ ਆਇਆ ਜੀ 1990 ਮਾਡਲ ਜੀਪ, ਏ ਬਹੁਤ ਪਿਆਰੀ ਹੈ ਜੀ। ਅਤੇ ਇਹਦੇ ਜਨਾਬ ਤੁਸੀਂ ਇਹ ਵੇਖ ਸਕਦੇ ਹੋ, ਸੀਟਾਂ ਸੂਟਾਂ ਜੇ ਵੋ ਪੋਸ਼ਿਸ਼ ਵਾਲੀਆਂ ਨਵੀਆਂ ਕਰਵਾਈਆਂ ਨੇ, ਛੱਤ ਵੀ ਸਾਫ਼ ਸੁਥਰੀ ਹੈ ਅਤੇ ਕਲਰ ਵੀ ਇਹਦਾ ਬੜਾ ਪਿਆਰਾ ਹੈ। ਉਹ ਵੀ ਤੁਸੀਂ ਜਿਹੜਾ ਤੁਹਾਨੂੰ ਇਹ ਅੰਦਰ ਦਾ ਹਿੱਸਾ ਜਿਹੜਾ ਡਿੱਕੀ ਛਿੱਕੀ ਇਹ ਸੀਟਾਂ ਪੋਸ਼ਿਸ਼ ਹੋਈਆਂ, ਥੱਲੇ ਕਲੀਨ ਵੀ ਜਿਹੜਾ ਉਹ ਵੀ ਜ਼ਬਰਦਸਤ ਹੈ। ਸੈਡਾਂ ਦੇਖੋ। ਅਤੇ ਜਿਹੜੇ ਵੀਰ ਨੂੰ, ਦੋਸਤ ਨੂੰ ਸ਼ੌਕ ਹੋਵੇ ਜਨਾਬ, ਸਾਡੇ ਨਾਲ ਰਾਬਤਾ ਕਰ ਸਕਦਾ। ਬਹੁਤ ਹੀ ਖੂਬਸੂਰਤ ਹੈ, ਇਹਦੇ 'ਚ ਡੀਜ਼ਲ ਇੰਜਨ ਹੈ ਜੀ 2C ਦਾ, ਅਤੇ ਟਿਊਟਾ 2C ਦਾ ਇੰਜਨ ਹੈ, ਬੜਾ ਹੀ ਜ਼ਬਰਦਸਤ ਇੰਜਨ ਹੈ। ਅਤੇ ਇਹਦੇ ਤੇਲ ਵੀ ਜਿਹੜਾ ਉਹ ਬੜਾ ਘੱਟ ਖਾਂਦੀ ਹੈ, ਡੀਜ਼ਲ ਇੰਜਨ ਹੈ 2C ਦਾ। ਅਤੇ ਦੋਸਤੋ, ਇਹਦਾ ਜਿਹੜਾ 4x4 ਨਹੀਂ ਹੈਗਾ, ਠੀਕ ਹੈ ਨਾ ਜੀ। ਅਤੇ ਇਹ ਉਹਨਾਂ ਦੋਸਤਾਂ ਵਾਸਤੇ ਕਿ ਜਿਹੜੇ 2-4 ਦੋਸਤਾਂ ਨੇ ਮੈਨੂੰ ਮੈਸੇਜ ਕੀਤਾ ਕਿ ਮਲਿਕ ਸਾਹਿਬ ਤੁਹਾਡੇ ਕੋਲ ਡੀਜ਼ਲ ਹੋਵੇ ਅਤੇ ਉਹ ਜ਼ਰਾ ਸਾਨੂੰ ਦਿਓ। ਅਤੇ ਇਹ ਜਨਾਬ ਡੀਜ਼ਲ ਇੱਕ ਤਿਆਰ ਕੀਤੀ ਹੈ ਜੀ, ਬੜੀ ਖੂਬਸੂਰਤ ਹੈ। ਟਾਇਰ ਸ਼ਾਇਰ ਵੀ ਇਹਦੇ ਜਿਹੜੇ ਨੇ ਬਿਹਤਰੀਨ ਹੈ, ਅੰਦਰੋਂ ਵੀ ਸਾਫ਼ ਸੁਥਰੀ ਹੈ। ਅਤੇ ਇਹ ਜਿਹੜੇ ਵੀਰ ਨੂੰ, ਦੋਸਤ ਨੂੰ ਸ਼ੌਕ ਹੋਵੇ ਉਹ ਜਨਾਬ ਸਾਡੇ ਕੋਲੋਂ ਲੈ ਸਕਦਾ। ਘਰ ਤੋਂ ਜਿਨ੍ਹਾਂ ਦਾ ਡੇਰਾ ਦੂਰ ਹੁੰਦਾ ਹੈ, ਕੱਚਾ ਰਸਤਾ ਹੁੰਦਾ, ਉਹਦੇ ਵਾਸਤੇ ਇਹ ਡੀਜ਼ਲ ਜਿਹੜੀ ਹੈ ਬੜੀ ਪਾਏਦਾਰ ਗੱਡੀ ਹੈ। ਅਤੇ ਇਹ ਕੱਚੇ ਪੱਕੇ ਰਸਿਆਂ ਦੀ ਜਿਹੜੀ ਇਹ ਸ਼ਹਿਜ਼ਾਦੀ ਹੈ ਜੀ, ਅਤੇ ਇਹ ਜਨਾਬ ਤੁਹਾਨੂੰ ਮਿਲ ਜਾਏਗੀ। ਇਹਦੇ ਤੋਂ ਇਲਾਵਾ ਵੀ ਸਾਡੇ ਕੋਲ ਹੋਰ ਵੀ ਹੈਗੀਆਂ ਨੇ ਕਿ ਜਿਹੜੀਆਂ ਤੁਸੀਂ ਲੈਣੀਆਂ ਚਾਹੋ ਅਤੇ ਉਹ ਵੀ ਤੁਹਾਨੂੰ ਮਿਲ ਜਾਣਗੀਆਂ, ਮਗਰ ਉਹ ਆਸਤਾ ਆਸਤਾ ਕਰਕੇ ਮੈਂ ਉਹਨਾਂ ਦੀ ਵੀਡੀਓ ਜਿਹੜੀ ਹੈ ਉਹ ਲਾਵਾਂਗਾ। ਅਤੇ ਦੋਸਤੋ, ਇਹਦਾ ਰਾਬਤਾ ਨੰਬਰ ਜਿਹੜਾ ਉਹ ਤੁਹਾਨੂੰ ਮੈਂ ਲਿਖਾ ਦਿੰਦਾ ਮੇਰਾ, ਕਿ ਜੇਕਰ ਤੁਸੀਂ ਲੈਣੀ ਹੋਵੇ ਤਾਂ ਉਹ ਜਨਾਬ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ। 0303-4858-2-7-3 ਇਹ ਮੇਰਾ ਰਾਬਤਾ ਨੰਬਰ ਹੈ ਜੀ। ਅਸੀਂ ਜਨਾਬ ਜੀਪਾਂ ਲੈ ਕੇ ਉਹਨਾਂ ਨੂੰ ਸਹੀ ਕਰਦੇ ਹਾਂ ਅਤੇ ਇਹ ਜਨਾਬ ਤਿਆਰ ਕਰਕੇ ਜਨਾਬ ਤੁਹਾਡੇ ਵਾਸਤੇ ਅਤੇ ਉਹ ਅਸੀਂ ਤੁਹਾਨੂੰ ਦੇਣ ਵਾਸਤੇ, ਤਾਂ ਕਿ ਜਿਹੜਾ ਤੁਸੀਂ ਇਹਦਾ ਸ਼ੌਕ ਕਰ ਸਕੋ। ਅਤੇ ਸਾਡੇ ਕੋਲ ਜਨਾਬ ਸ਼ਿਕਾਰ ਵਾਸਤੇ ਵੀ ਤਿਆਰ ਹੁੰਦੀਆਂ ਨੇ, ਠੀਕ ਹੈ ਨਾ। ਸ਼ਿਕਾਰ ਵਾਲੀਆਂ ਜੀਪਾਂ ਵੀ ਸਾਡੇ ਕੋਲ ਮਿਲ ਜਾਣਗੀਆਂ, ਬਗੈਰ ਹੁੱਡ ਤੋਂ ਵੀ ਮਿਲ ਜਾਣਗੀਆਂ, ਜਿਨ੍ਹਾਂ ਦੇ ਸ਼ੀਸ਼ੇ ਵੀ ਫੋਲਡ ਹੋ ਜਾਂਦੇ ਨੇ, ਅਤੇ ਤੁਹਾਨੂੰ ਹੁੱਡ ਵਾਲੀਆਂ ਵੀ ਮਿਲ ਜਾਣਗੀਆਂ, ਠੀਕ ਹੈ ਨਾ ਜੀ। ਸਾਡੇ ਕੋਲ ਕਾਫੀ ਮਾਡਲ ਨੇ, ਠੀਕ ਹੈ ਨਾ ਜੀ, ਜਿਹੜਾ 91 ਵੀ ਹੈ, 92 ਵੀ ਹੈ, 2007 ਵੀ ਮਿਲ ਜਾਏਗਾ ਤੁਹਾਨੂੰ। ਅਤੇ ਤੁਹਾਨੂੰ ਹੋਰ ਵੀ ਜਿਹੜੀ ਕੋਈ ਚਾਹੀਦੀ ਹੋਵੇ ਤਾਂ ਜਨਾਬ ਤੁਸੀਂ ਜਿਹੜਾ ਮਾਡਲ ਕਹੋਗੇ ਉਹ ਸਾਡੇ ਕੋਲ ਕਾਫੀ ਸਾਰੀਆਂ ਜੀਪਾਂ ਜਿਹੜੀਆਂ ਨੇ ਉਹ ਖੜੀਆਂ ਨੇ, ਠੀਕ ਹੈ ਨਾ ਜੀ। ਅਤੇ ਦੋਸਤੋ, ਇਹ ਜਿਹੜੀ ਇਹ 90 ਮਾਡਲ ਹੈ, ਠੀਕ ਹੈ ਨਾ ਜੀ।
ਅਤੇ ਇਹਦੇ 'ਚ 2C ਦਾ ਇੰਜਨ ਹੈ। ਬਹੁਤ ਪਿਆਰੀ ਜੀਪ ਤਿਆਰ ਹੋਈ ਹੈ ਅਤੇ ਇੰਜਨ ਵੀ ਜਿਹੜਾ ਇਹਦਾ ਬੜਾ ਘੱਟ ਡੀਜ਼ਲ ਖਾਂਦਾ ਅਤੇ ਕਾਗਜ਼ਾਤ ਜਿਹੜੇ ਨੇ ਇਹਦੇ ਤੁਹਾਨੂੰ ਕੰਪਲੀਟ ਦੇਵਾਂਗੇ। ਅਤੇ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ, ਇੱਕ ਘੰਟੀ ਦਾ ਬਟਨ ਹੁੰਦਾ ਉਹਨੂੰ ਤੁਸੀਂ ਦਬਾਉਣਾ ਹੁੰਦਾ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਜਿਹੜੀ ਹੈ ਸਾਰੇ ਦੋਸਤਾਂ ਤੱਕ ਬਸਾਨੀ ਪਹੁੰਚ ਸਕੇ, ਤੁਹਾਨੂੰ ਕੋਈ ਜਦੋਂ ਜੋ ਇੱਦਾਂ ਕਰਨੀ ਪਵੇ। ਠੀਕ ਹੈ ਨਾ ਜੀ। ਅਤੇ ਇਹ ਜਨਾਬ ਮੇਰਾ ਵਟਸਐਪ ਨੰਬਰ ਜਿਹੜਾ ਮੈਂ ਤੁਹਾਨੂੰ ਲਿਖਾ ਦਿੱਤਾ ਹੈ, 0303485823। ਇਹ ਮੇਰਾ ਵਟਸਐਪ ਨੰਬਰ ਹੈ ਜੀ। ਇਹਦੇ 'ਤੇ ਹੀ ਮੇਰਾ ਜਿਹੜਾ ਉਹ ਵਟਸਐਪ ਵੀ ਬਣਿਆ ਔਰ ਇਹਦੇ 'ਤੇ ਮੇਰਾ ਫੋਨ ਕਾਲ ਵੀ ਇਹਦੇ 'ਤੇ ਆ ਜਾਏਗੀ। ਠੀਕ ਹੈ ਨਾ ਜੀ। ਅਤੇ ਤੁਹਾਨੂੰ ਮੇਰਾ ਯੂਟਿਊਬ 'ਤੇ ਚੈਨਲ ਹੈ ਜੀ ਮਲਕ ਹੰਟਰ ਦੇ ਨਾਮ 'ਤੇ, ਮਲਕ ਹੰਟਰ ਦੇ ਨਾਮ 'ਤੇ ਉਹ ਵੀ ਜਾ ਕੇ ਤੁਸੀਂ ਰਿਸਰਚ ਕਰ ਸਕਦੇ ਹੋ। ਉੱਥੇ ਵੀ ਮੈਂ ਕਾਫੀ ਸਾਰੀਆਂ ਵੀਡੀਓ ਜਿਹੜੀਆਂ ਨੇ ਆਪਣੀਆਂ ਸ਼ਿਕਾਰ ਦੇ ਮੁਤਾਲਕ ਉਹ ਵੀ ਲਾਈਆਂ ਨੇ। ਤੁਹਾਨੂੰ ਕੋਈ ਜਾਨਵਰ ਚਾਹੀਦਾ, ਕੋਈ ਪਰਿੰਦਾ ਚਾਹੀਦਾ, ਉਹ ਵੀ ਜਨਾਬ ਸਾਡੇ ਕੋਲੋਂ ਤੁਹਾਨੂੰ ਮਿਲ ਜਾਏਗਾ। ਠੀਕ ਹੈ ਨਾ ਜੀ। ਅਤੇ ਇਹ ਜਨਾਬ ਜੀਪਾਂ ਨੇ ਅਤੇ ਇਹਨਾਂ ਦਾ ਵੀ ਅਸੀਂ ਸ਼ੌਕ ਰੱਖਦੇ ਹਾਂ ਜੀਪਾਂ ਦਾ ਵੀ, ਉਹ ਵੀ ਜਨਾਬ ਅਸੀਂ ਦਿੰਦੇ ਹਾਂ ਦੋਸਤਾਂ ਨੂੰ ਤਾਂ ਕਿ ਦੋਸਤ ਆਪਣਾ ਜਿਹੜਾ ਉਹ ਸ਼ਿਕਾਰ ਵੀ ਸ਼ੌਕ ਕਰ ਸਕਣ ਔਰ ਜੀਪ ਦਾ ਵੀ ਸ਼ੌਕ ਰੱਖਣ ਵਾਲੇ ਜਿਹੜੇ ਸ਼ਿਕਾਰ ਨਹੀਂ ਕਰਦੇ ਉਹ ਵੀ ਬਸ ਦੋਸਤ ਨੇ ਜਿਹੜੇ ਜੀਪਾਂ ਦਾ ਜਿਹੜਾ ਸ਼ੌਕ ਰੱਖਦੇ ਨੇ। ਠੀਕ ਹੈ ਨਾ ਜੀ। ਅਤੇ ਇਹ ਜਨਾਬ ਸਾਡੇ ਕੋਲ ਸਾਰੇ ਮਾਡਲ ਹੁੰਦੇ ਨੇ ਤਕਰੀਬਨ ਜਿਹੜੇ ਮੈਂ ਤੁਹਾਨੂੰ ਦੱਸੇ ਨੇ। ਅਤੇ ਇਹ ਜਿਹੜੀ ਹੈ ਇਹ ਜਨਾਬ 90 ਮਾਡਲ ਹੈ। ਅਤੇ ਇਹ ਤੁਸੀਂ ਲੈਣੀ ਹੋਵੇ ਤਾਂ ਰਾਬਤਾ ਨੰਬਰ ਜਨਾਬ ਮੈਂ ਤੁਹਾਨੂੰ ਲਿਖਾ ਦਿੱਤਾ ਹੈ, ਤੁਸੀਂ ਸਾਡੇ ਕੋਲੋਂ ਜਿਹੜਾ ਉਹਨੂੰ ਮੰਗਾ ਸਕਦੇ ਹੋ। ਅਤੇ ਇਹਦੇ ਤੋਂ ਇਲਾਵਾ ਤੁਸੀਂ ਅਗਰ ਕਿਸੇ ਗੱਲ ਪੁੱਛਣੀ ਹੋਵੇ ਕਿ ਯਾਰ ਮਲਕ ਸਾਹਿਬ ਜੀਪ ਦਾ ਸਮਾਨ ਕਿੱਥੋਂ ਮਿਲੇਗਾ, ਉਹ ਵੀ ਮੈਂ ਫਿਰ ਤੁਹਾਨੂੰ ਦੱਸ ਦੇਵਾਂਗਾ ਜਨਾਬ। ਜਿਹੜੇ ਦੋਸਤਾਂ ਨੇ ਜੀਪਾਂ ਰੱਖੀਆਂ ਨੇ, ਜਿਹੜੇ ਸ਼ੌਕੀਨ ਨੇ, ਅਤੇ ਉਹ ਜਨਾਬ ਮੇਰੇ ਕੋਲੋਂ ਪੁੱਛ ਸਕਦੇ ਨੇ। ਅਤੇ ਠੀਕ ਹੈ ਨਾ ਜੀ। ਅਤੇ ਸਾਡੀ ਕੋਈ ਜਨਾਬ ਫੀਸ ਨਹੀਂ ਹੁੰਦੀ ਮਸ਼ਵਰੇ ਦੀ, ਅਸੀਂ ਬਿਲੌਂਸ ਖਿਦਮਤ ਕਰਦੇ ਹਾਂ ਅੱਲਾਹ ਦੇ ਫਜ਼ਲ ਨਾਲ। ਤੁਸੀਂ ਸਾਡੇ ਕੋਲੋਂ ਪੁੱਛ ਸਕਦੇ ਹੋ ਅਤੇ ਉਹ ਅਸੀਂ ਉਦੋਂ ਫਿਰ ਜੀਪ ਦੇ ਬਾਰੇ ਜਿਹੜੀਆਂ ਨੇ ਚੀਜ਼ਾਂ ਉਹ ਤੁਹਾਨੂੰ ਸ਼ੇਅਰ ਕਰਾਂਗੇ ਇਨਸ਼ਾਅੱਲਾ। ਅਤੇ ਤੁਸੀਂ ਜਿਹੜਾ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ, ਇੱਕ ਘੰਟੀ ਦਾ ਬਟਨ ਹੁੰਦਾ ਜੀ ਅਤੇ ਉਹ ਤੁਸੀਂ ਦਬਾਉਣਾ ਹੁੰਦਾ ਤੁਹਾਡਾ, ਉਹਦੇ 'ਤੇ ਕੋਈ ਖਰਚਾ ਨਹੀਂ। ਅਤੇ ਜਿਹੜੀਆਂ ਸਾਡੇ ਕੋਲ ਜੀਪਾਂ ਹੋਣਗੀਆਂ ਅੱਲਾਹ ਦੇ ਫਜ਼ਲ ਨਾਲ ਫਰੇਮ ਜਿਹੜੇ ਨੇ ਜਿਵੇਂ ਤੁਹਾਨੂੰ ਮੈਂ ਵਿਖਾਇਆ ਵੇ ਬਿਲਕੁਲ ਸਾਫ਼ ਸੁਥਰੇ ਹੋਣਗੇ ਅਤੇ ਕਲਰ ਵੀ ਇਹਦਾ ਬੜਾ ਪਿਆਰਾ ਹੈ। ਠੀਕ ਹੈ ਨਾ। ਇਹ ਵੇਖੋ ਫਰੇਮ ਜਿਹੜਾ ਸਾਫ਼ ਸੁਥਰਾ ਹੋਏਗਾ। ਠੀਕ ਹੈ ਨਾ। ਅਤੇ ਇਹ ਬਸ ਥੋੜ੍ਹਾ ਜਿਹਾ ਇਹਦੀ ਉਹ ਕੱਪੜਾ ਛੱਪੜਾ ਵੱਜਣ ਵਾਲਾ, ਕਿਉਂਕਿ ਉਹ ਖੜੀਆਂ ਵੀ ਤੁਹਾਨੂੰ ਪਤਾ ਫਿਰ ਮਿੱਟੀ ਜਿਹੜੀ ਹੈ ਉੱਤੋਂ ਬੰਦੇ ਨੇ ਸਾਫ਼ ਕਰ ਦਿੱਤਾ, ਥੱਲੇ ਜ਼ਰਾ ਮਿੱਟੀ ਮੁੱਟੀ ਲੱਗੀ ਰਹਿ ਜਾਂਦੀ ਹੈ ਉਹ ਇਸ ਵਜ੍ਹਾ ਤੋਂ, ਕਿਉਂਕਿ ਖੜੀਆਂ ਜਿਹੜੀਆਂ ਨੇ ਫਿਰ ਉਹ ਤੁਹਾਨੂੰ ਪਤਾ ਮਿੱਟੀ ਇਕੱਠਾ ਜਿਹੜਾ ਉਹ ਪੈ ਜਾਂਦਾ। ਠੀਕ ਹੈ ਨਾ ਜੀ। ਅਤੇ ਜਿਹੜੇ ਦੋਸਤ ਨੂੰ ਵੀਰ ਨੂੰ ਸ਼ੌਕ ਹੋਵੇ ਜਨਾਬ ਜੀਪਾਂ ਦਾ, ਉਹ ਸਾਡੇ ਕੋਲੋਂ ਮੰਗਾ ਸਕਦਾ, ਸਾਡੇ ਕੋਲੋਂ ਪੁੱਛ ਸਕਦਾ ਕਿ ਮਲਕ ਸਾਹਿਬ ਤੁਹਾਡੇ ਕੋਲ ਫਲਾਣੇ ਮਾਡਲ ਦੀ ਹੈ ਵੇ, ਅਤੇ ਤੁਹਾਨੂੰ ਉਹ ਵੀ ਅੱਲਾਹ ਦੇ ਫਜ਼ਲ ਨਾਲ ਜਿਹੜਾ ਜਨਾਬ ਸਾਡੇ ਕੋਲੋਂ ਮਿਲ ਜਾਏਗੀ। ਠੀਕ ਹੈ ਨਾ ਜੀ। ਅਤੇ ਇਹ ਜਨਾਬ ਇਹਦੇ ਕਾਗਜ਼ਾਤ ਜਿਹੜੇ ਨੇ ਕੰਪਲੀਟ ਹੈ ਜੀ। ਇਹਦੀ ਕੰਪਿਊਟਰ ਵਾਲੀ ਜਿਹੜੀ ਹੈ ਉਹ ਜਿਹੜੀ ਹੁੰਦੀ ਕਿਤਾਬ ਹੈ ਉਹ ਬਣੀ ਹੋਈ ਹੈ ਜੀ। ਠੀਕ ਹੈ ਨਾ ਜੀ। ਅਤੇ ਨੰਬਰ ਜਿਹੜਾ ਇਹਨੂੰ ਉਹ ਜਨਾਬ ਦੌੜਦਾ ਲੱਗਾ, ਅਤੇ ਸਾਡੇ ਕੋਲ ਜਿੰਨੀਆਂ ਵੀ ਨੇ ਉਹਨਾਂ ਨੂੰ ਜ਼ਿਆਦਾ ਜਿਹੜੇ ਨੰਬਰ ਨੇ ਉਹ ਆਪਣੇ ਸਾਡੇ ਸ਼ਹਿਰ ਦੇ ਨੇ ਜੀ। ਅਤੇ ਬਹੁਤ ਖੂਬਸੂਰਤ ਜੀਪਾਂ ਨੇ ਔਰ ਇਹਨਾਂ ਦੇ ਜਿਹੜੇ ਨੇ ਉਹ ਅਸੀਂ ਅੱਛੇ ਮਾਡਲ ਜਿਹੜੇ ਨੇ ਉਹਨਾਂ ਨੂੰ ਤਿਆਰ ਕੀਤਾ ਹੁੰਦਾ, ਖੂਬਸੂਰਤ ਕੀਤਾ ਹੁੰਦਾ। ਸਾਡੇ ਕੋਲ ਜਿਹੜੇ ਨੇ ਉਹ ਜ਼ਿਆਦਾ ਲੇਟੈਸਟ ਮਾਡਲ ਜਿਹੜੇ ਨੇ ਉਹ ਨਹੀਂ ਹੁੰਦੇ। ਠੀਕ ਹੈ ਨਾ ਜੀ। ਨਵੀਂ ਟੈਕਨੋਲੋਜੀ ਵਾਲੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ, ਉਹਨਾਂ ਦੇ 4x4 ਜੀ ਇਹ ਉਹ ਸਾਰੇ ਚਾਲੂ ਹੁੰਦੇ ਨੇ। ਬਸ ਜੀਪਾਂ ਸਾਡੇ ਕੋਲ ਐਸੀਆਂ ਨੇ ਜਿਨ੍ਹਾਂ ਦੇ AC ਵੀ ਅੱਲਾਹ ਦੇ ਫਜ਼ਲ ਨਾਲ ਜਿਹੜਾ ਉਹ ਚਾਲੂ ਹੋਣਗੇ, ਅੰਦਰੋਂ ਹਰ ਚੀਜ਼ ਕੰਪਲੀਟ ਹੋਏਗੀ। ਠੀਕ ਹੈ ਨਾ ਜੀ।
ਅਤੇ ਇਹ ਜਨਾਬ ਤੁਸੀਂ ਅਗਰ ਲੈਣੀ ਹੋਵੇ ਤਾਂ ਸਾਡੇ ਨਾਲ ਰਾਬਤਾ ਜਿਹੜਾ ਉਹ ਕਰ ਸਕਦੇ। ਰਾਬਤਾ ਨੰਬਰ ਜਿਹੜਾ ਮੈਂ ਤੁਹਾਨੂੰ ਦੋਸਤੋ ਲਿਖਾ ਦਿੱਤਾ ਅਤੇ ਮੈਨੂੰ ਵੀ ਦੁਆਵਾਂ ਯਾਦ ਰੱਖਣਾ, ਮੈਂ ਤੁਹਾਡੇ ਲਈ ਦੁਆਵਾਂ ਕਰਨਾ ਜੀ। ਬਹੁਤ ਸ਼ੁਕਰੀਆ, ਅਸਲਾਮ ਅਲੈਕੁਮ।